ਸਸਿਕਾ ਦੋਸਤੋ ਇੱਕ ਲਗਾਤਾਰ ਵੀਡੀਓ ਦੇਖ ਰਹੇ ਹਾਂ viral ਹੋ ਰਿਹਾ ਸੋਸ਼ਲ ਮੀਡੀਆ ਤੇ ਪੂਰਾ ਤੇ ਸਿਆਸੀ ਤੌਰ ਤੇ ਤਾਂ ਕਈ ਪਾਰਟੀਆਂ ਇਹ ਵੀਡੀਓ ਨੂੰ viral ਕਰ ਹੀ ਰਹੀਆਂ ਨੇ ਪਰ ਆਮ ਲੋਕ ਵੀ ਕਈ ਲੱਗੇ ਪੈ ਰਹੇ ਨੇ ਵੀਡੀਓ ਹੈ ਵਰਲਡ ਕੱਪ ਵਾਲੇ ਦਾ ਹੁਣ ਮੈਂ ਇਹ ਵੀਡੀਓ ਇਸ ਲਈ ਬਣਾਇਆ ਕਿਉਂਕਿ ਕਿਸੇ ਨੇ ਜਦੋਂ ਉਹ ਪੂਰਾ ਵੀਡੀਓ ਨਹੀਂ ਦੇਖਿਆ ਤਾਂ ਅਗਲੇ ਨੂੰ ਇਹੀ ਲੱਗਦਾ ਵੀ ਯਾਰ ਇਹ ਪ੍ਰਧਾਨ ਮੰਤਰੀ ਮੋਦੀ ਕਰ ਕੀ ਗਿਆ ਹੁਣ ਇਹ ਵੀਡੀਓ ਉਸ ਸਮੇਂ ਦੇ ਦੌਰਾਨ ਹੈ ਕਿ ਸਾਡੀ ਟੀਮ ਤਾਂ ਮੈਚ ਹਾਰ ਗਈ ਖੈਰ ਪਰ ਆਪਾਂ ਆਮ ਤੌਰ ਤੇ ਇਹ ਗੱਲ ਕਹਿੰਦੇ ਹੁੰਦੇ ਆ ਵੀ ਭਾਵੇਂ ਅਸੀਂ ਨਹੀਂ ਜਿੱਤੇ ਹੈਗੇ ਪਰ ਅਸੀਂ ਜਿਹੜਾ ਜਿੱਤਿਆ ਹੈ ਯਾਨੀ ਕਿ ਭਾਵੇਂ ਅਸੀਂ ਹਾਰੇ ਆ ਅਸੀਂ ਉਹਨੂੰ ਵਧਾਈ ਵੀ ਦਿੰਨੇ ਆ ਤੇ ਉਹਦੇ ਨਾਲ ਇੱਕ ਵਧੀਆ ਸਲੂਕ ਕਰਦੇ ਆ ਇਹ ਤਾਂ ਇਹ ਕਿਉਂਕਿ ਹਰ ਜਿੱਤ ਹੁੰਦੀ ਰਹਿੰਦੀ ਹੈ ਖੇਡ 'ਚ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਇਸ ਤੋਂ ਪਿੱਠ ਮੋੜ ਲਈਏ ਹੁਣ ਮੋਦੀ ਦਾ ਇੱਕਾ ਸ਼ਾਰਟ ਕਲਿੱਪ ਜਿਹੜਾ ਮੈਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਆ ਇਹ ਲਗਾਤਾਰ ਵਾਇਰਲ ਹੋ ਰਿਹਾ ਹੁਣ ਇਹਦੇ ਵਿੱਚ ਕੀ ਲੱਗਦਾ ਕਿ ਅਸੀਂ ਤਾਂ ਮੈਚ ਜਿੱਤੇ ਨਹੀਂ ਤੇ ਅਸੀਂ ਤੇਰੇ ਟਰੋਫੀ ਦੇ ਨਾਲ ਫੋਟੋ ਕਿਉਂ ਖਿਚਾਈਏ ਹੁਣ ਇਹ ਚ ਸਿਆਸੀ ਤੌਰ ਤੇ ਤਾਂ ਵਿਰੋਧ ਹੁੰਦਾ ਚੰਗਾ ਲੱਗਦਾ ਕਿਉਂਕਿ ਸਿਆਸੀ ਲੋਕਾਂ ਦਾ ਕੰਮ ਹੁੰਦਾ ਵਿਰੋਧ ਕਰਨਾ ਚਲੋ ਉਹਨਾਂ ਦਾ ਮਤਲਬ ਵੀ ਬਣਦਾ ਪਰ ਕਈ ਆਪਣੇ ਆਮ ਲੋਕ ਵੀ ਲੱਗੇ ਪਏ ਨੇ ਕਿ ਉਹਦੇ ਵਿੱਚ ਉਹ ਚ ਹੈ ਕੀ ਆ ਹੁਣ ਉਹ ਇੱਕ ਹੁਣ ਦੂਜਾ ਮੈਂ ਨਾਲ ਪੂਰਾ ਵੀਡੀਓ ਵੀ ਚਲਾ ਰਿਹਾ ਤੇ ਉਹ ਵੀ ਸ਼ਾਰਟ ਵੀਡੀਓ ਵੀ ਪੂਰੇ ਵੀਡੀਓ ਦੇ ਵਿੱਚ ਕੀ ਹੈ ਕਿ ਪੂਰੇ ਵੀਡੀਓ ਦੇ ਵਿੱਚ ਪਹਿਲਾਂ ਪ੍ਰਧਾਨ ਮੰਤਰੀ ਆਉਂਦੇ ਨੇ ਉਹਨਾਂ ਦੇ ਨਾਲ ਇੱਕ ਹੋਰ ਹੁੰਦੇ ਨੇ ਤੇ ਦੂਜੇ ਪਾਸੇ ਕਪਤਾਨ ਆਸਟ੍ਰੇਲੀਆ ਟੀਮ ਦਾ ਉਹ ਉਹਨੂੰ ਟਰੋਫੀ ਦੇ ਨਾਲ ਫੋਟੋਆਂ ਵੀ ਖਿਚਾਉਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਮੇਂ ਦੇ ਦੌਰਾਨ ਕਿਉਂਕਿ ਉਹ ਵਾਪਸ ਚਲੇ ਜਾਂਦੇ ਨੇ ਤੇ ਉਹ ਫਿਰ ਉਸ ਤੋਂ ਬਾਅਦ ਆਸਟ੍ਰੇਲੀਆਈ ਟੀਮ ਆਪ ਇਕੱਠੀ ਹੋ ਕੇ ਸਾਰੀ ਫੋਟੋ ਖਿਚਾਉਣਾ ਚਾਹੁੰਦੀ ਆ ਉਸ ਸਮੇਂ ਦੇ ਦੌਰਾਨ ਦਾ ਉਹਨਾਂ ਇੱਕ ਕਲਿੱਪ ਕੱਟ ਲਿਆ ਯਾਨੀ ਕਿ ਮੋਦੀ ਜਾ ਰਹੇ ਨੇ ਤੇ ਉਹ ਹਾਲਾਂਕਿ ਉਹ ਤਾਂ ਦੇਖ ਰਿਹਾ ਵੀ ਉਹ ਉਤਰਨਗੇ ਸਟੇਜ ਤੋਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਟੀਮ ਆਊਗੀ ਦਿਖਾਇਆ ਇਹ ਜਾ ਰਿਹਾ ਵੀ ਹੁੰਦੀ ਪਿੱਠ ਦਾ ਆਖੇ ਵਾਗੇ ਵੀ ਯਾਰ ਮੈਨੂੰ ਤੇਰਾ ਨਾ ਫੋਟੋ ਖਿਚਵਾਉਂਦਾ ਹੈਗਾ ਤੇ ਆ ਆਪ ਉਹ ਕੱਪ ਲਈ ਇਕੱਲਾ ਖੜਾ ਬੰਦਾ ਇਹ ਦੇਖ ਰਿਹਾ ਵੀ ਯਾਰ ਇਹ ਕਿਥੇ ਫਿਰੇ ਨਾ ਫੋਟੋ ਖਿਚਾਈ ਬਣੀ ਵਾਗੇ ਜਾਂ ਨਾਲ ਮੈਨੂੰ ਕੰਗ੍ਰੈਚੁਲੇਟ ਨਹੀਂ ਕੀਤਾ ਹੈਗਾ ਹੁਣ ਕੰਗ੍ਰੈਚੁਲੇਸ਼ਨ ਕਹ ਉਹ ਤਾਂ ਕਹਿ ਵੀ ਗਏ ਫੋਟੋ ਵੀ ਖਿਚਾ ਗਏ ਸਾਰਾ ਕੁਝ ਹੋ ਗਿਆ ਪਰ ਸਾਡੇ ਸ਼ਰਾਰਤੀ ਲੋਕ ਹੈਗੇ ਨੇ ਕਈ ਜਿਹੜੇ ਲੱਗੇ ਪਏ ਨੇ ਸਮਰਥਕ ਮੈਂ ਉਸ ਹੱਬ ਦੇ ਨਾਲ ਮੋਦੀ ਦਾ ਕੋਈ ਨਹੀਂ ਹੈਗਾ ਪਰ ਗੱਲ ਇਹ ਹੈ ਵੀ ਜਿਹੜੇ ਵਾਇਰਲ ਵੀਡੀਓ ਜੋ ਜਾਂਦੇ ਨੇ ਉਹਨਾਂ ਦੀ ਸੱਚਾਈ ਕੀ ਆ ਇਸ ਵੀਡੀਓ ਦੀ ਪੂਰੀ ਸੱਚਾਈ ਇਹ ਹੈ ਕਿ ਇਹ ਵੀਡੀਓ ਜਿਵੇਂ ਕੱਟ ਕੇ ਪ੍ਰੈਜੈਂਟ ਕੀਤਾ ਗਿਆ ਉਹਦੇ ਨਾਲ ਇੱਕ ਗਲਤ ਭਾਵਨਾ ਤਾਂ ਜ਼ਰੂਰ ਜਾਂਦੀ ਹੈ ਦੂਜੇ ਪਾਸੇ ਦੇਖਿਆ ਜਾਵੇ ਖੈਰ ਹੁਣ ਖੈਰ ਮੋਦੀ ਦੇ ਸ਼ੁਭਚਿੰਤਕ ਉਂ ਵੀ ਤੇ ਦੂਜੇ ਪਾਸੋਂ ਵੀ ਬਥੇਰੇ ਨੇ ਉਹ ਲਗਾਤਾਰ ਲੱਗੇ ਹੋਏ ਨੇ ਹੁਣ ਇਹ ਤਾਂ ਕਈ ਪ੍ਰਣੋਤੀ ਵਿਰੋਧੀ ਕਹੀ ਜਾਂਦੇ ਨੇ ਪਰ ਜੇ ਦੇਖਿਆ ਜਾਵੇ ਗੱਲ ਇਹ ਵੀ ਪ੍ਰਣੋਤੀ ਦੇ ਹਿਸਾਬ ਦੇ ਨਾਲ ਤਾਂ ਹਾਰੇ ਤਾਂ ਅਸੀਂ ਪਹਿਲਾਂ ਘੜਾ ਹੈ ਨਹੀਂਗੇ ਉਹ ਠੀਕ ਹੈ ਜਿੰਨਾ ਚਾਹੀਦਾ ਸੀ ਮਿਹਨਤ ਬਹੁਤ ਕਰੀ ਸਾਡੇ ਮੁੰਡਿਆਂ ਨੇ ਹਰ ਜਿੱਤ ਹੁੰਦੀ ਰਹਿੰਦੀ ਆ ਪਰ ਸਿਆਸੀ ਲੋਕਾਂ ਨੇ ਇਹ 트ੈਂਡ ਵੋ ਕਰਿਆ ਰਾਹੁਲ ਗਾਂਧੀ ਨੇ ਵੀ ਆਪਦੇ ਮੂੰਹ ਕਹਿਤਾ ਹੁੰਦਾ ਹੁਣ ਤਾਂ ਪਰ ਗੱਲ ਚਲੋ ਉਹਨਾਂ ਦੇ ਸਿਆਸੀ ਮੁਤਾਫ ਮਫਾਤ ਹੋਣੇ ਆ ਪਰ ਆ ਵੀਡੀਓ ਨੂੰ ਲੈ ਕੇ ਜਿਹੜਾ ਬੜਾ ਗਲਤ ਪ੍ਰੈਜੈਂਟ ਕੀਤਾ ਯਾਰ ਕਈ ਲੋਕਾਂ ਨੂੰ ਸਾਡੇ ਨੂੰ ਪਤਾ ਨਹੀਂ ਉਹ ਤੜਾ ਤੜ ਸ਼ੇਅਰ ਵੀ ਕਰੀ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਗੱਲ ਮਾੜੀ ਹੋ ਗਈ ਕਿਉਂਕਿ ਸਾਡੇ ਸੱਭਿਆਚਾਰ ਚ ਸਾਡੇ ਕਲਚਰ ਚ ਨਹੀਂ ਹੈਗਾ ਤਾਂ ਇਸ ਕਰਕੇ ਆ ਵੀਡੀਓ ਹੈ ਜਿਹੜਾ ਇਹ ਪੂਰਾ ਹੈਗਾ ਇਹਦੇ ਚ ਮੋਦੀ ਦਾ ਪਤਾ ਲੱਗਦਾ ਵੀ ਫੋਟੋ ਵੀ ਖਿਚਾਈ ਹੈ ਉਹਨਾਂ ਨੂੰ ਉਹਨਾਂ ਨੂੰ ਅ ਵਧਾਈਆਂ ਵੀ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਗਏ ਨੇ ਉਸ ਨਾਲ ਕਲਿੱਪ ਜਿਹੜਾ ਕੱਟ ਕੇ ਠੋਕਦਾ ਵਾਇਰਲ ਵੀਡੀਓ ਵਾਲੇ ਬਤੰਦਰ ਖੈਰ ਛੱਡਦੇ ਕਿਸੇ ਨਹੀਂ ਹੈਗੇ